ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਪਾਰ ਬ੍ਰਹਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ ਸਹਿਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਣਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਗਾਉੜੀ ਮਹੱਲਾ ਪੰਜਵਾ ਆਦ ਮੱਧ ਜੋ ਅੰਤਨ ਬਾਹੈ ਸੋ ਸਾਜਨ ਮੇਰਾ ਮਨ ਚਾਹੈ ਆਦ ਅੰਤ ਆਦ ਮੱਧ ਜੋ ਅੰਤਨ ਬਾਹੈ ਸੋ ਸਾਜਨ ਮੇਰਾ ਮਨ ਚਾਹੈ ਗੁਰੂ ਚਰਨਾਂ ਵਿੱਚ ਜੁੜ ਬੈਠੇ ਸਤਸੰਗੀ ਜਨੋ ਫਤਿਹ ਪ੍ਰਵਾਨ ਕਰਨੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਰਾਗ ਦਾ ਇਹ ਸ਼ਬਦ ਹੈ, ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਮਹਾਰਾਜ ਜੀ ਫਰਮਾਉਂਦੇ ਹਨ ਆਦ ਮੱਧ ਜੋ ਅੰਤ ਨਿਬਾਹ ਹੈ, ਐਸਾ ਪ੍ਰਭੂ ਜੋ ਆਦ ਤੋਂ ਲੈ ਕੇ ਮੱਧ ਤੱਕ, ਮੱਧ ਤੋਂ ਲੈ ਕੇ ਅੰਤ ਤੱਕ ਨਿਭਾ ਹੈ, ਪ੍ਰੀਤੀ ਨੂੰ ਨਿਭਾਉਂਦਾ ਹੈ, ਸੋ ਸਾਜਨ ਮੇਰਾ ਮਨ ਚਾਹੈ, ਐਸੇ ਸਾਜਨ ਨੂੰ ਮੇਰਾ ਮਨ ਚਾਹੁੰਦਾ ਹੈ। ਕਿਉਂਕਿ ਜਿਹੜਾ ਗੁਰੂ ਨਾਲ ਪ੍ਰੀਤੀ ਪਾਉਂਦਾ ਹੈ, ਗੁਰੂ ਵੀ ਉਹਦੇ ਨਾਲ ਪ੍ਰੀਤੀ ਪਾਉਂਦਾ ਹੈ। ਹੁਣੇ ਪ੍ਰੀਤ ਦੀ ਗੱਲ ਗੁਰੂ ਘਰ ਦੇ ਕੀਰਤਨੀ ਆਪ ਜੀ ਨੂੰ ਕੀਰਤਨ ਰਾਹੀਂ ਦਰਸਾ ਕੇ ਗਏ ਹਨ। ਇਹੋ ਜਿਹਾ ਸੱਜਣ ਪ੍ਰਭੂ ਮੇਰਾ ਮਨ ਚਾਹੈ, ਚਾਹੁੰਦਾ ਹੈ, ਇਹੋ ਜਿਹੇ ਸੱਜਣ ਨਾਲ, ਇਹੋ ਜਿਹੇ ਪ੍ਰਭੂ ਨਾਲ ਮੈਂ ਪ੍ਰੀਤੀ ਪਾ ਲਵਾਂ। ਪ੍ਰਭੂ ਪੂਰਾ ਨਿਭਾਉਂਦਾ, ਛੱਡਦਾ ਨਹੀਂ ਹੈ, ਐਸਾ ਪ੍ਰਭੂ ਹੈ, ਅੰਤ ਤੱਕ ਬਾਹ ਨੂੰ ਪਕੜੀ ਰੱਖਦਾ, ਤੇਰਾ ਸਾਥ ਦਿੰਦਾ, ਐਸਾ ਪ੍ਰਭੂ ਛਡਾਉਣ ਵਾਲਾ ਹੈ ਉਹ ਪ੍ਰਭੂ। ਹਰ ਕੀ ਪ੍ਰੀਤ ਸਦਾ ਸੰਗ ਚੱਲੈ, ਹਰੀ ਪ੍ਰਭੂ ਦੀ ਪ੍ਰੀਤੀ ਸਦਾ ਹੀ ਨਾਲ ਜਾਂਦੀ ਹੈ। ਇਹ ਜਿਹੜੀ ਤੁਸੀਂ ਪ੍ਰੀਤੀ ਕਰੋਗੇ ਨਾ, ਇਹ ਪ੍ਰੀਤੀ ਸਦਾ ਨਾਲ ਜਾਂਦੀ ਹੈ, ਤੁਹਾਡੇ ਭਾਗਾਂ ਵਿੱਚ ਲਿਖੀ ਜਾਂਦੀ ਹੈ, ਤੁਹਾਡੇ ਅਕਾਊਂਟ ਵਿੱਚ ਜਮ੍ਹਾਂ ਹੋ ਜਾਂਦੀ ਹੈ ਇਹ ਪ੍ਰੀਤੀ। ਜਿਹੜੀ ਪ੍ਰੀਤੀ ਤੁਸੀਂ ਸੰਗਤ ਵਿੱਚ ਬੈਠ ਕੇ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਸੁਣੋਗੇ, ਇਹ ਪ੍ਰੀਤੀ ਤੁਹਾਡੇ ਅਕਾਊਂਟ ਵਿੱਚ ਜਮ੍ਹਾਂ ਹੋ ਜਾਂਦੀ ਹੈ। ਸਦਾ ਸੰਗ ਚਾਲੈ, ਦਿਆਲ ਪੁਰਖ ਪੂਰਨ ਪ੍ਰਤਪਾਲੈ। ਦਿਆਲ ਕਿਹਨੂੰ ਕਹਿੰਦੇ ਨੇ? ਦਇਆਲ ਦਾ ਅਰਥ ਹੁੰਦਾ ਦਇਆ ਦਾ ਘਰ। ਪੁਰਖ, ਪੁਰਖ ਕਿਹਨੂੰ ਕਹਿੰਦੇ ਨੇ? ਵਸੇ ਹੋਏ ਨੂੰ, ਜੋ ਸਾਰਿਆਂ ਦੇ ਅੰਦਰ ਰਮਿਆ ਹੋਇਆ। ਪੂਰਨ ਕਿਹਨੂੰ ਕਹਿੰਦੇ ਨੇ? ਜੋ ਸਭ ਥਾਵਾਂ ਤੇ ਪੂਰਨ ਹੈ। ਪ੍ਰਤਪਾਲੈ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ। ਦੇਖੋ, ਚਾਰ ਮਹਾਨ ਅੱਖਰ ਆਏ ਨੇ ਇਹ, ਦਇਆਲ ਪੁਰਖ ਪੂਰਨ ਪ੍ਰਤਪਾਲੈ। ਇਹ ਇੱਕ ਓਂਕਾਰ ਵਾਸਤੇ ਹੀ ਆਏ ਨੇ, ਪ੍ਰਮਾਤਮਾ ਵਾਸਤੇ ਆਏ ਨੇ। ਇਹੋ ਜਿਹੇ ਪਿਆਰੇ ਨਾਲ, ਦਇਆਲੂ ਨਾਲ ਪ੍ਰੀਤੀ ਪਾ, ਐਸੇ ਪੁਰਖ ਨਾਲ ਸੱਜਣਤਾ ਪਾ, ਐਸੇ ਪੂਰਨ ਦੇ ਨਾਲ ਪ੍ਰੀਤੀ ਨਿਭਾ, ਜਿਹੜਾ ਤੇਰੀ ਸਦਾ ਹੀ ਪਾਲਣਾ ਕਰਨ ਵਾਲਾ ਹੈ, ਰਹਾਓ।
ਬਿਨਸਤ ਨਾਹੀ। ਕਹਿੰਦੇ ਨੇ ਉਹ ਪ੍ਰਭੂ ਜਿਹੜਾ ਨਾਸ਼ ਨਹੀਂ ਹੋਣ ਵਾਲਾ, ਬਿਨਸਤ ਹੁੰਦਾ ਨਾਸ਼ ਹੋਣਾ, ਕਹਿੰਦੇ ਨੇ ਨਾਸ਼ ਨਹੀਂ ਹੁੰਦਾ ਕਦੀ ਵੀ, ਛੋੜ ਨਾ ਜਾਏ ਤੈਨੂੰ ਛੱਡ ਕੇ ਨਹੀਂ ਜਾਵੇਗਾ, ਛੋੜ ਨਾ ਜਾਏ। ਜੇ ਤੂੰ ਉਹਦੇ ਨਾਲ ਪ੍ਰੀਤੀ ਪਾਵੇਂਗਾ ਉਹ ਤੇਰੀ ਸਹਾਇਤਾ ਕਰੇਗਾ, ਛੱਡੇਗਾ ਨਹੀਂ। ਜੈ ਦੇਖਾਂ ਤੈ ਰਹਿਆ ਸਮਾਏ, ਮੈਂ ਜਿੱਥੇ ਜਿੱਥੇ ਵੀ ਵੇਖਦਾ ਉਹ ਪ੍ਰਭੂ ਸਭ ਥਾਵਾਂ ਤੇ ਸਮਾਇਆ ਹੋਇਆ ਹੈ। ਸੁੰਦਰ ਸੁਗੜ ਚਤੁਰ ਜੀ ਕਾ ਦਾਤਾ, ਉਹ ਪ੍ਰਭੂ ਜਿਹੜਾ ਬੜਾ ਸੁੰਦਰ ਹੈ, ਸੁਗੜ ਬੜਾ ਸਿਆਣਾ ਹੈ, ਚਤੁਰ ਹੈ ਬਹੁਤ ਹੀ ਸਿਆਣੀ ਬੁੱਧੀ ਵਾਲਾ ਹੈ। ਜੀ ਕਾ ਦਾਤਾ, ਇਹ ਜੱਜੇ ਨੂੰ ਬਿਹਾਰੀ ਤੇ ਐੜਾ ਮੁਕਤਾ, ਇਹਨੂੰ ਬੋਲਣ ਲੱਗਿਆ ਕਿਸ ਤਰ੍ਹਾਂ ਬੋਲਣਾ, ਜੀ ਜੇ ਤੇ ਕੱਲਾ ਜੀ ਹੁੰਦਾ ਫਿਰ ਉਹਦਾ ਅਰਥ ਹੁੰਦਾ ਆਓ ਜੀ ਜਾਓ ਜੀ, ਪਰ ਇੱਥੇ ਜਦੋਂ ਐੜਾ ਮੁਕਤਾ ਮਗਰ ਲੱਗ ਗਿਆ, ਜੀ ਲੰਬਾ ਕਰ ਦਿਓ, ਇਹਦਾ ਅਰਥ ਹੈ ਜੀਵ ਜੰਤੂ। ਉਹ ਸਾਰੇ ਜੀਵਾਂ ਜੰਤੂਆਂ ਦਾ ਦਾਤਾ ਹੈ, ਦੇਣ ਵਾਲਾ ਦਾਤਾ ਹੈ ਉਹ ਪ੍ਰਭੂ, ਐਸਾ ਹੈ ਬੜਾ ਹੀ ਸਿਆਣਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਭਾਈ ਪੂਤ ਪਿਤਾ ਪ੍ਰਭ ਮਾਤਾ, ਅਸਲ ਵਿੱਚ ਉਹ ਪ੍ਰਭੂ ਹੀ ਭਾਈ ਹੈ, ਉਹ ਪ੍ਰਭੂ ਹੀ ਸਾਰਿਆਂ ਦਾ ਪਿਤਾ ਹੈ, ਸਾਰਿਆਂ ਦੀ ਮਾਤਾ ਹੈ, ਸਾਰਿਆਂ ਦਾ ਪੁੱਤਰ ਹੈ ਪ੍ਰਭੂ ਹੀ। ਉਹ ਕਿਸ ਤਰ੍ਹਾਂ ਪੁੱਤਰ ਬਣ ਕੇ ਸਹਾਇਤਾ ਕਰ ਰਿਹਾ, ਪ੍ਰਭੂ ਆਪ ਵਸਿਆ ਹੋਇਆ। ਮਾਤਾ ਪਿਤਾ ਰਾਹੀਂ ਉਹ ਪ੍ਰਭੂ ਸਹਾਇਤਾ ਕਰ ਰਿਹਾ, ਉਹਨਾਂ ਦੇ ਵਿੱਚ ਆਪ ਵਸਿਆ ਹੋਇਆ। ਭਰਾ ਦੇ ਰਾਹੀਂ ਸਹਾਇਤਾ ਹੋ ਰਹੀ ਹੈ, ਆਪ ਵਸਿਆ ਹੋਇਆ। ਤੂੰ ਭਰਾ ਬਣ ਕੇ ਸਹਾਇਤਾ ਕਰ ਰਿਹਾ, ਤੂੰ ਪੁੱਤਰ ਬਣ ਕੇ ਸਹਾਇਤਾ ਕਰ ਰਿਹਾ, ਤੂੰ ਮਾਤਾ ਤੇ ਪਿਤਾ ਬਣ ਕੇ ਸਹਾਇਤਾ ਕਰ ਰਿਹਾ। ਪ੍ਰਭੂ ਤੂੰ ਆਪ ਹੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀਉ। ਜੀਵਨ ਪ੍ਰਾਣ ਆਧਾਰ ਮੇਰੀ ਰਾਸ ਹੈ ਪ੍ਰਭੂ, ਕਿਰਪਾ ਕਰ ਮੈਨੂੰ ਨਾਮ ਦੀ ਦਾਤ ਦੇ, ਇਹ ਮੇਰੀ ਰਾਸ ਬਣੀ ਰਹੇ। ਹੈ ਅਸਲ ਵਿੱਚ ਇਹੀ ਸਭ ਤੋਂ ਵੱਡੀ ਰਾਸ ਹੈ, ਪੂੰਜੀ ਹੈ। ਰਾਸ ਕਹਿੰਦੇ ਨੇ ਪੂੰਜੀ ਨੂੰ, ਜੀਵਨ ਪ੍ਰਾਣ ਆਧਾਰ। ਹੈ ਪ੍ਰਭੂ ਜਿਹੜਾ ਤੁਸੀਂ ਮੈਨੂੰ ਜੀਵਨ ਦਿੱਤਾ ਹੈ, ਪ੍ਰਾਣ ਦਿੱਤੇ ਨੇ, ਇਹੀ ਮੇਰਾ ਆਧਾਰ ਹੈ। ਕਿਉਂਕਿ ਪ੍ਰਾਣ ਹਨ ਤੇ ਸਰੀਰ ਹੈ, ਪ੍ਰਾਣ ਨਹੀਂ ਤੇ ਸਰੀਰ ਨਹੀਂ, ਇਹ ਕਿਸਨੇ ਦਿੱਤੇ ਨੇ? ਪਰਮਾਤਮਾ ਨੇ ਦਿੱਤੇ ਨੇ, ਉਸ ਪ੍ਰਭੂ ਨੇ ਹੀ ਦਿੱਤੇ ਨੇ ਕਹਿੰਦੇ ਨੇ। ਇਸ ਕਰਕੇ ਇਹਨਾਂ ਦਾ ਆਸਰਾ ਵੀ ਤੂੰ ਹੀ ਹੈ, ਪ੍ਰਾਣਾਂ ਨੂੰ ਦੇਣ ਵਾਲਾ ਵੀ ਤੂੰ ਹੀ ਹੈ, ਇਹਨਾਂ ਦਾ ਆਸਰਾ ਵੀ ਤੂੰ ਹੀ ਹੈ। ਜਿੰਨਾ ਚਿਰ ਤੱਕ ਤੇਰਾ ਆਸਰਾ ਰਹਿੰਦਾ ਹੈ, ਇਹ ਪ੍ਰਾਣ ਸਰੀਰ ਦੇ ਵਿੱਚ ਟਿਕੇ ਰਹਿੰਦੇ ਨੇ। ਇੱਕ ਹੈ ਸਰੀਰ ਤੇ ਸਰੀਰ ਦੇ ਵਿੱਚ ਹਨ ਪ੍ਰਾਣ ਦੋ, ਤੀਸਰਾ ਹੈ ਮਨ, ਚੌਥੀ ਹੈ ਬੁੱਧੀ, ਇਹ ਚਾਰ ਚੀਜ਼ਾਂ ਨੇ। ਫਿਰ ਕਿਤੇ ਇਹਨਾਂ ਦੀ ਵਿਆਖਿਆ ਕਰਾਂਗੇ। ਉਹ ਪ੍ਰਭੂ ਐਸਾ ਹੈ, ਜੀਵਨ ਦੇਣ ਵਾਲਾ ਹੈ, ਪ੍ਰਾਣ ਸਵਾਸ ਦੇਣ ਵਾਲਾ ਹੈ, ਔਰ ਪ੍ਰਾਣਾਂ ਦਾ ਆਧਾਰ ਵੀ ਉਹੀ ਹੈ। ਪ੍ਰੀਤ ਲਾਈ ਕਰ ਹਿਰਦੈ ਨਿਵਾਸ, ਹੈ ਪ੍ਰਭੂ ਤੂੰ ਆਪ ਹੀ ਪ੍ਰੀਤੀ ਨੂੰ ਲਾਉਣ ਵਾਲਾ ਹੈ, ਹਿਰਦੇ ਵਿੱਚ ਨਿਵਾਸ ਕਰਨ ਵਾਲਾ ਹੈ। ਜਿਹੜੇ ਪ੍ਰੀਤੀ ਪਾਉਂਦੇ ਨੇ ਤੂੰ ਉਹਨਾਂ ਦੇ ਹਿਰਦੇ ਦੇ ਵਿੱਚ ਨਿਵਾਸ ਕਰ ਦਿੰਦਾ ਹੈ, ਐ ਪ੍ਰਭੂ ਤੂੰ ਐਸੀ ਬਖਸ਼ਿਸ਼ ਕਰ ਦਿੰਦਾ ਹੈ। ਪ੍ਰੀਤ ਲਾਈ, ਜਿਨ੍ਹਾਂ ਨੇ ਤੇਰੇ ਚਰਨਾਂ ਨਾਲ ਪ੍ਰੀਤ ਲਾਈ, ਕਰ ਹਿਰਦੈ ਨਿਵਾਸ, ਤੂੰ ਉਹਨਾਂ ਦੇ ਹਿਰਦੇ ਵਿੱਚ ਨਿਵਾਸ ਕਰ ਦਿੱਤਾ, ਆ ਗਿਆ ਉਹਨਾਂ ਦੇ ਹਿਰਦੇ ਵਿੱਚ, ਪ੍ਰਕਾਸ਼ ਕਰ ਦਿੱਤਾ। ਕਾਹਦਾ? ਗਿਆਨ ਦਾ ਪ੍ਰਕਾਸ਼।
ਨਾਮ ਦਾ ਪ੍ਰਕਾਸ਼ ਕਰ ਦਿੱਤਾ ਤੂੰ ਉਹਨਾਂ ਦੇ ਹਿਰਦੇ ਵਿੱਚ, ਕਿਹਨਾਂ ਦੇ ਜਿਨ੍ਹਾਂ ਨੇ ਤੇਰੇ ਚਰਨਾਂ ਨਾਲ ਪ੍ਰੀਤੀ ਲਾਈ, ਵਾਹਿਗੁਰੂ ਵਾਹਿਗੁਰੂ ਜਪਿਆ, ਮੂਲ ਮੰਤਰ ਦਾ ਜਾਪ ਜਪਿਆ, ਜਪਜੀ ਸਾਹਿਬ ਦੇ ਪਾਠ ਕੀਤੇ, ਸੁਖਮਨੀ ਸਾਹਿਬ ਦੇ ਪਾਠ ਕੀਤੇ, ਸਹਿਜ ਪਾਠ ਕੀਤਾ, ਸਤਸੰਗਤ ਕੀਤੀ, ਤੂੰ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਗਿਆ। ਮਾਇਆ ਸਿਲਕ ਕਾਟੀ ਗੋਪਾਲ, ਗੋਪਾਲ ਕਿਹਨੂੰ ਕਹਿੰਦੇ ਨੇ? ਗੋ ਮੈਣੇ ਧਰਤੀ, ਪਾਲ ਮੈਣੇ ਪਾਲਣਾ ਕਰਨ ਵਾਲਾ, ਜਿਹੜਾ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ, ਉਹਨੂੰ ਆਖਿਆ ਗਿਆ ਗੋਪਾਲ। ਜਦੋਂ ਹੋੜੇ ਨਾਲ ਆਵੇ ਇਹਨੂੰ ਕਹਿਣਾ ਗੋਪਾਲ, ਔਂਕੜ ਨਾਲ ਆਵੇ ਕਹਿਣਾ ਗੋਪਾਲ। ਬਸ ਇੰਨਾ ਫਰਕ ਸਮਝ ਲੈਣਾ। ਉਹ ਮਾਇਆ ਦੀ ਸਿਲਕ ਕਾਟੀ, ਉਹ ਮਾਇਆ ਦੀ ਸਿਲਕ ਕਾਟੀ ਕੱਟਣ ਵਾਲਾ। ਸਿਲਕ ਕਿਹਨੂੰ ਕਹਿੰਦੇ ਨੇ? ਸਿਲਕੀ ਕੱਪੜਾ ਹੁੰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਨਾ ਜਦੋਂ ਕਿਸੇ ਨੂੰ ਫਾਂਸੀ ਆਦਿਕ ਦਿੱਤੀ ਜਾਂਦੀ ਸੀ ਤੇ ਸਿਲਕ ਦੇ ਕੱਪੜੇ ਨਾਲ ਉਹਦਾ ਗਲਾ ਪੀਚਿਆ ਜਾਂਦਾ ਸੀ। ਐ ਪ੍ਰਭੂ ਤੂੰ ਨਾ ਗਲਾ ਕੱਟਣ ਤੋਂ ਬਚਾ ਲੈਣਾ, ਔਰ ਮਾਇਆ ਦੀ ਜਿਹੜੀ ਸਿਲਕ ਹੈ ਨਾ ਇਹਦੇ ਵਿੱਚ ਬੰਦਾ ਜਕੜਿਆ ਜਾਂਦਾ, ਇਹਨੂੰ ਵੀ ਕੱਟਣ ਵਾਲਾ। ਮਾਇਆ ਨੂੰ ਵੀ ਸਿਲਕ ਆਖਿਆ ਗਿਆ, ਕਿਉਂਕਿ ਐਸੀ ਠਗੌਰੀ ਪਾਏ ਭੁਲਾਵੇ ਮਨ ਸਭ ਕਹਿ ਲਾਗੈ ਮਿੱਠੀ। ਇਹ ਮਾਇਆ ਵੀ ਜਿਹੜੀ ਹੈ ਨਾ ਬੜਿਆਂ ਬੜਿਆਂ ਨੂੰ ਆਪਣੇ ਇਸ ਚੱਕਰ ਵਿੱਚ ਫਸਾ ਲੈਂਦੀ ਹੈ, ਤਪੀਆਂ ਦਾ ਤਪ ਡੁਲਾ ਦਿੰਦੀ ਹੈ, ਜਪੀਆਂ ਦਾ ਜਪ ਦੂਰ ਕਰ ਦਿੰਦੀ ਹੈ। ਇਹ ਮਾਇਆ ਦੇ ਕਈ ਕੌਤਕ ਨੇ। ਕੋਈ ਵਿਰਲੇ ਵਿਰਲੇ ਮਹਾਂਪੁਰਸ਼ ਜਿਹੜੇ ਆ ਨਾ ਇਸ ਮਾਇਆ ਨੂੰ ਨੱਥ ਪਾ ਕੇ ਰੱਖਦੇ ਨੇ ਔਰ ਵਰਤੋਂ ਵਿੱਚ ਲਿਆਉਂਦੇ ਨਹੀਂ, ਲਾਗੇ ਨਹੀਂ ਆਉਣ ਦਿੰਦੇ, ਜੈਸੇ ਸਤਪੁਰਸ਼ ਮਹਾਂਪੁਰਸ਼ ਸੰਤ ਬਾਬਾ ਨੰਦ ਸਿੰਘ ਜੀ, ਕਲੇਰਾਂ ਵਾਲੇ ਮਹਾਂਪੁਰਸ਼। ਮਾਇਆ ਨੂੰ ਕੱਟ ਕੇ ਰੱਖ ਦਿੱਤਾ, ਮਾਇਆ ਦਾ ਪ੍ਰਭਾਵ ਆਪਣੇ ਤੇ ਪੈਣ ਨਹੀਂ ਦਿੱਤਾ। ਇਸ ਤਰ੍ਹਾਂ ਹੋਰ ਵੀ ਬੇਅੰਤ ਮਹਾਂਪੁਰਸ਼, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ ਤੇ ਹੋਰ ਬੇਅੰਤ ਮਹਾਂਪੁਰਖ ਉਸ ਸਮੇਂ ਦੇ ਵਿੱਚ, ਬੇਅੰਤ ਮਹਾਂਪੁਰਖ ਹੋਏ। ਉਸ ਕਿੰਨਾ ਸਮਾਂ ਭਾਗਾਂ ਵਾਲਾ ਹੋਵੇਗਾ ਜਦੋਂ ਮਹਾਂਪੁਰਸ਼ ਸੰਗਤਾਂ ਨੂੰ ਉਪਦੇਸ਼ ਕਰਿਆ ਕਰਦੇ ਹੋਣਗੇ, ਸੰਗਤਾਂ ਦਰਸ਼ਨ ਕਰਦੀਆਂ ਹੋਣਗੀਆਂ, ਉਹਨਾਂ ਦੀ ਰਸਨਾ ਤੋਂ ਬਚਨ ਸੁਣਦੇ ਹੋਣਗੇ, ਭਾਗਾਂ ਵਾਲੇ ਜੀਵ ਹੋਣਗੇ। ਇਹ ਮਹਾਂਪੁਰਸ਼ ਨਾ ਮਾਇਆ ਦੀ ਸਿਲਕ ਨੂੰ ਕੱਟ ਦਿੰਦੇ ਨੇ ਤੇ ਜਿਹੜਾ ਸੰਗਤ ਕਰਦਾ ਉਹਨਾਂ ਦੇ ਬੰਧਨ ਵੀ ਕੱਟ ਦਿੰਦੇ ਨੇ, ਕਿਉਂਕਿ ਉਹਨਾਂ ਨੇ ਕਮਾਈ ਕੀਤੀ ਹੁੰਦੀ ਨਾਮ ਦੀ। ਅੱਜ ਕੀ ਹੈ ਕਿ ਅਸੀਂ ਕਮਾਈ ਨਹੀਂ ਕਰਦੇ ਨਾਮ ਦੀ, ਕਹਿਣ ਮਾਤਰ ਹੀ ਆ, ਅਸੀਂ ਵੀ ਵਿੱਚ ਹੀ ਆ, ਨਾਮ ਦੀ ਕਮਾਈ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਬਸ ਕਹਿਣ ਮਾਤਰ ਹੀ ਆ ਅਸੀਂ। ਤੋ ਇਹ ਮਹਾਂਪੁਰਸ਼ ਜਿਹੜੇ ਇਹਨਾਂ ਨੇ ਕਮਾਈਆਂ ਕੀਤੀਆਂ, ਰੂਹਾਨੀਅਤ ਦਾ ਕੈਸਾ ਸਮਾਂ ਹੋਵੇਗਾ ਉਹ। ਤੋ ਇਸ ਤਰ੍ਹਾਂ ਉਹ ਪ੍ਰਭੂ ਵੀ ਜਮਾਂ ਦੀ ਫਾਹੀ ਕੱਟ ਦਿੰਦਾ, ਸਿਲਕ ਮਾਇਆ ਦੀ ਫਾਹੀ ਕੱਟ ਦਿੰਦਾ, ਤੇ ਰੱਬ ਦੇ ਪਿਆਰੇ ਉਹਨਾਂ ਵਿੱਚ ਵੀ ਬੜੀ ਪਾਵਰ ਆ ਜਾਂਦੀ ਹੈ, ਉਹ ਵੀ ਫਿਰ ਜਮਾਂ ਦੀ ਫਾਹੀ ਨੂੰ ਕੱਟ ਦਿੰਦੇ ਨੇ, ਕਿਉਂ ਨਾਮ ਨਾਲ ਜੋੜ ਦਿੰਦੇ ਨੇ ਵਿਰਲੇ ਵਿਰਲੇ ਗੁਰਮੁਖ ਪਿਆਰੇ। ਇਸ ਕਰਕੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ, ਐਸੇ ਸਤਪੁਰਸ਼ ਵਿਰਲੇ ਵਿਰਲੇ ਹੁੰਦੇ ਨੇ ਕੋਈ ਗੁਰਮੁਖ ਪਿਆਰੇ। ਇਸ ਪ੍ਰਕਾਰ ਮਾਇਆ ਸਿਲਕ ਕਾਟੀ ਗੋਪਾਲ, ਕਰ ਆਪਣਾ ਲੀਨੋ ਨਦਰ ਨਿਹਾਲ। ਕੀ ਕੀਤਾ ਗੁਰੂ ਨੇ? ਸਤਪੁਰਸ਼ਾਂ ਦੇ ਰਾਹੀਂ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਦਵਾ ਕੇ ਕਰ ਆਪਣਾ ਲੀਨੋ ਆਪਣਾ ਕਰ ਲਿਆ ਨਦਰ ਨਿਹਾਲ, ਨਦਰ ਦੇ ਕੇ ਨਿਹਾਲ ਕਰ ਦਿੱਤਾ। ਨਦਰ, ਗੁਰੂ ਦੀ ਨਦਰ ਸਤਪੁਰਸ਼ਾਂ ਦੀ ਨਜ਼ਰ, ਬਖਸ਼ਿਸ਼ ਵਾਲੀ ਨਦਰ ਹੈ। ਗੁਰੂ ਵੀ ਜਿਹਨੂੰ ਮਿਹਰ ਦੀ ਨਿਗਾਹ ਨਾਲ ਵੇਖ ਲਵੇ, ਜਿਹੜਾ ਬਾਣੀ ਪੜ੍ਹਦਾ ਹੈ ਗੁਰੂ ਉਹਦੇ ਤੇ ਮਿਹਰ ਕਰ ਦਿੰਦਾ ਹੈ। ਬੰਦਗੀ ਵਾਲਾ ਪੁਰਸ਼ ਨਿਗਾਹ ਭਰ ਕੇ ਵੇਖ ਦੇਵੇ ਤੇ ਮਾੜੇ ਔਗੁਣਾਂ ਨੂੰ ਕੱਟ ਦਿੰਦਾ, ਨਾਮ ਜਪਣ ਨੂੰ ਦਿਲ ਕਰਨ ਲੱਗ ਪੈਂਦਾ। ਇਹ ਹੁੰਦੀ ਨਾਮ ਦੀ ਕਮਾਈ, ਅਸਲ ਵਿੱਚ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ। ਕਮਾਈ ਵਾਲਾ ਪੁਰਖ ਜਿਹੜਾ ਹੈ ਉਹ ਨਿਗਾਹ ਭਰ ਕੇ ਹੀ ਵੇਖ ਲਵੇ ਤੇ ਬਖਸ਼ਿਸ਼ ਹੋ ਜਾਂਦੀ ਹੈ, ਮਿਹਰ ਹੋ ਜਾਂਦੀ ਹੈ। ਐਸਾ ਹੈ ਨਦਰ ਨਿਹਾਲ, ਜਾਂ ਫਿਰ ਬਾਣੀ ਪੜ੍ਹਨ ਦੇ ਨਾਲ ਨਦਰ ਮਿਲ ਜਾਂਦੀ ਹੈ, ਸਤ ਸੰਗਤ ਕਰਨ ਦੇ ਨਾਲ ਨਦਰ ਮਿਲ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਇਸ ਪ੍ਰਕਾਰ ਗੱਲ ਕਮਾਈਆਂ ਵਾਲਿਆਂ ਦੀ ਹੈ। ਸਿਮਰ ਸਿਮਰ ਕਾਟੇ ਸਭ ਰੋਗ, ਸਿਮਰਿਆ ਕਰ ਸਿਮਰਿਆ ਕਰ, ਤੇਰੇ ਸਾਰੇ ਰੋਗ ਕੱਟੇ ਜਾਣਗੇ, ਆਧੀ ਵਿਆਧੀ ਉਪਾਧੀ
ਤਨ ਦੇ ਰੋਗ, ਮਨ ਦੇ ਰੋਗ, ਬਿਮਾਰੀਆਂ ਆਦਿਕ ਪੈਣੀਆਂ, ਇਹ ਸਾਰੇ ਗੁਰੂ ਕੱਟ ਦਿੰਦਾ। ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਜਾਂ ਫਿਰ ਕੋਈ ਬੰਦਗੀ ਵਾਲਾ ਮਹਾਂਪੁਰਸ਼ ਕਹਿ ਦੇਵੇ ਤਾਂ ਵੀ ਰੋਗ ਕੱਟੇ ਜਾਂਦੇ ਨੇ, ਕਿਉਂਕਿ ਗੱਲ ਕਮਾਈ ਦੀ ਹੈ, ਉਹਨਾਂ ਦੀ ਕਮਾਈ ਹੁੰਦੀ ਹੈ ਨਾ, ਆਪਣੀ ਕਮਾਈ ਦੇ ਨਾਲ ਹੀ ਬਚਨ ਕਰ ਦਿੰਦੇ ਨੇ ਤੇ ਬਸ ਬਖਸ਼ਿਸ਼ ਹੋ ਜਾਂਦੀ ਹੈ। ਚਰਨ ਧਿਆਨ ਸਰਬ ਸੁਖ ਰੋਗ, ਚਰਨ ਧਿਆਨ ਸਰਬ ਸੁਖ ਭੋਗ। ਕਹਿੰਦੇ ਨੇ ਜਿਹੜਾ ਪ੍ਰਭੂ ਦੇ ਚਰਨਾਂ ਦਾ ਧਿਆਨ ਧਰੇਗਾ ਸਰਬ ਸੁਖ, ਸਾਰੇ ਸੁਖ ਮਿਲ ਜਾਣਗੇ, ਭੋਗ ਪਦਾਰਥ ਉਹਨੂੰ ਸਾਰੇ ਪਦਾਰਥ ਵੀ ਮਿਲ ਜਾਣਗੇ। ਜਿਹੜਾ ਬਾਣੀ ਪੜੂਗਾ, ਸਿਮਰਨ ਕਰੂਗਾ, ਉਹਨੂੰ ਸਾਰੇ ਪਦਾਰਥ ਵੀ ਮਿਲ ਜਾਣਗੇ, ਉਹਨਾਂ ਦੇ ਕਾਰਜ ਵੀ ਰਾਸ ਹੋ ਜਾਣਗੇ, ਮਿਹਰ ਵੀ ਹੋ ਜਾਵੇਗੀ। ਪੂਰਨ ਪੁਰਖ ਨਵ ਤਨ ਨਿਤ ਬਾਲਾ, ਉਹ ਪ੍ਰਭੂ ਪੂਰਨ ਪੁਰਖ ਹੈ। ਨਵਤਨ ਕਹਿੰਦੇ ਨੇ ਹਰ ਰੋਜ਼ ਨਵਾਂ ਹੈ, ਉਹ ਪੁਰਾਣਾ ਨਹੀਂ ਹੋ ਚੱਲਿਆ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਉਹ ਸਦਾ ਹੀ ਨਵਾਂ ਹੈ, ਨਾ ਉਹ ਬੁੱਢਾ ਨਾ ਉਹ ਬਾਲਾ, ਉਹ ਜੰਮਣ ਮਰਨ ਤੋਂ ਰਹਿਤ ਹੈ, ਉਹ ਅਜੂਨੀ ਹੈ, ਜੂਨਾਂ ਵਿੱਚ ਨਹੀਂ ਆਉਂਦਾ, ਅਕਾਲ ਹੈ, ਜਨਮ ਮਰਨ ਤੋਂ ਰਹਿਤ ਹੈ। ਔਰ ਨਿਤ ਬਾਲਾ, ਨਿਤ ਬਾਲ ਸੁਭਾਅ ਵਾਲਾ ਹੈ, ਕਹਿਣ ਦਾ ਭਾਵ ਉਹ ਪ੍ਰਭੂ ਜਿਨ੍ਹਾਂ ਦਾ ਬਾਲ ਸੁਭਾਅ ਹੁੰਦਾ ਹੈ ਉਹਨਾਂ ਦੇ ਨਾਲ ਪਿਆਰ ਕਰਦਾ, ਐਸਾ ਹੈ, ਸਦਾ ਹੀ ਰੀਝ ਜਾਂਦਾ ਹੈ। ਜਿਵੇਂ ਬਾਲ ਨੂੰ ਕੋਈ ਪਿਆਰ ਨਾਲ ਆਖੇ ਨਾ, ਬੱਚੇ ਨੂੰ ਕੋਈ ਪਿਆਰ ਕਰੇ ਨਾ ਛੋਟੇ ਬੱਚੇ ਨੂੰ, ਤੇ ਬੱਚਾ ਉਹਦੇ ਨਾਲ ਹੀ ਪਿਆਰ ਕਰਨ ਲੱਗ ਪੈਂਦਾ, ਐਸਾ ਹੈ ਪ੍ਰਭੂ ਵੀ। ਬੱਚਾ ਇਹ ਨਹੀਂ ਵੇਖਦਾ ਇਹ ਮੇਰਾ ਆਪਣਾ, ਹਾਂ ਜਿੰਨਾ ਚਿਰ ਤੱਕ ਉਹਨੂੰ ਸੋਝੀ ਨਹੀਂ ਨਾ ਹੁੰਦੀ, ਆਪਣੇ ਪਰਾਏ ਦੀ ਜਿਹੜਾ ਵੀ ਪਿਆਰ ਨਾਲ ਬੁਲਾਵੇ ਬੱਚਾ ਹੱਸਣ ਲੱਗ ਪੈਂਦਾ। ਕਹਿੰਦੇ ਨੇ ਪ੍ਰਭੂ ਵੀ ਨਾ ਬਾਲ ਸੁਭਾਅ ਵਾਲਾ, ਜਿਹੜਾ ਪ੍ਰਭੂ ਨਾਲ ਪਿਆਰ ਕਰੇਗਾ ਪ੍ਰਭੂ ਉਹਦੇ ਨਾਲ ਹੀ ਪਿਆਰ ਕਰੂਗਾ, ਤਾਂ ਕਰਕੇ ਆਖਿਆ ਹਰ ਅੰਤਰ ਬਾਹਰ ਸੰਗ ਰਖਵਾਲਾ। ਉਹ ਹਰੀ ਪਰਮੇਸ਼ਰ ਅੰਦਰ ਵੀ ਤੇ ਬਾਹਰ ਵੀ, ਹਰ ਥਾਂ ਵੀ, ਉਹ ਇੱਥੇ ਵੀ ਤੇ ਉੱਥੇ ਵੀ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਘਰ ਵਿੱਚ ਰਹਿੰਦਿਆਂ ਵੀ ਤੇ ਬਾਹਰ ਗਿਆ ਵੀ, ਕਹਿੰਦੇ ਨੇ ਰਖਵਾਲਾ ਹੈ, ਸਦਾ ਹੀ ਰਖਵਾਲਾ, ਤੇ ਉਹਨੂੰ ਸੰਗ ਸਮਝਣਾ ਚਾਹੀਦਾ ਹੈ। ਅਸਲ ਵਿੱਚ ਜਿਹੜਾ ਬੰਦਾ ਪ੍ਰਭੂ ਨੂੰ ਆਪਣੇ ਕੋਲ ਸਮਝਦਾ ਨਾ, ਫਿਰ ਉਹ ਬੰਦਾ ਨਾ ਫੇਰਾ ਫੇਰੀ ਨਹੀਂ ਕਰਦਾ, ਕਿਸੇ ਨਾਲ ਠੱਗੀ ਨਹੀਂ ਮਾਰਦਾ, ਕਿਸੇ ਨਾਲ ਬੇਈਮਾਨੀ ਨਹੀਂ ਕਰਦਾ, ਉਹ ਕਹਿੰਦਾ ਪ੍ਰਭੂ ਮੇਰਾ ਵੇਖਦਾ ਹੈ। ਜਿਹੜਾ ਨਹੀਂ ਸੰਗ ਸਮਝਦਾ ਉਹ ਬੇਈਮਾਨੀਆਂ ਤੇ ਠੱਗੀਆਂ ਕਰਦਾ। ਇਸ ਪ੍ਰਕਾਰ ਜਿਹੜਾ ਸੰਗ ਵੇਖਦਾ ਪ੍ਰਭੂ ਨੂੰ ਆਪਣੇ ਕੋਲ, ਨਾਲੇ ਕਹਿੰਦਾ ਮੈਂ ਸੰਗ ਵੇਖਦਾ ਨਾਲੇ ਬੇਈਮਾਨੀਆਂ ਕਰਦਾ, ਫਿਰ ਸੰਗ ਕਾਹਦਾ ਵੇਖਦਾ ਹੋਇਆ। ਜਿਹੜਾ ਸੰਗ ਸਮਝਦਾ ਨਾ ਆਪਣੇ ਨਾਲ ਵੀ ਮੇਰੇ ਨਾਲ ਹੈ ਮੇਰਾ ਪਿਆਰਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਫਿਰ ਉਹ ਤੇ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ, ਕਿਸੇ ਨਾਲ ਬੇਈਮਾਨੀ ਕਰਦਾ ਹੀ ਨਹੀਂ, ਕਿਸੇ ਨਾਲ ਹੇਰਾ ਫੇਰੀ ਕਰਦਾ ਹੀ ਨਹੀਂ। ਉਹ ਪ੍ਰਭੂ ਨੂੰ ਸੰਗ ਸਮਝਣਾ ਚਾਹੀਦਾ। ਹਰ ਅੰਤਰ ਬਾਹਰ ਸੰਗ ਰਖਵਾਲਾ, ਕਹੋ ਨਾਨਕ ਹਰ ਹਰ ਪਦ ਚੀਨ। ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਫਰਮਾ ਰਹੇ ਨੇ, ਐ ਪਿਆਰਿਆ ਹਰੀ ਦੇ ਗੁਣਾਂ ਨੂੰ ਚੀਨਿਆ ਕਰ, ਗਾਇਆ ਕਰ। ਚੀਨਣਾ ਹੁੰਦਾ ਜਾਣਨਾ, ਚੀਨ ਜਾਣਨਾ, ਹਰੀ ਦੇ ਪਦ ਚਰਨਾਂ ਨੂੰ ਚੀਨ, ਸ਼ਬਦ ਨੂੰ ਜਾਣਿਆ ਕਰ, ਸ਼ਬਦ ਵਿੱਚ ਸੁਰਤੀ ਬਿਰਤੀ ਲਾਇਆ ਕਰ। ਸਰਬ ਸੋ ਨਾਮ ਭਗਤ ਕਉ ਦੀਨ, ਸਾਰੇ ਪਦਾਰਥਾਂ ਦਾ ਮੂਲ ਜੋ ਨਾਮ ਹੈ ਨਾ, ਉਹ ਭਗਤਾਂ ਨੂੰ ਦੇ ਦਿੰਦਾ, ਭਗਤ ਕਉ ਦੀਨ ਆਪਣੇ ਭਗਤਾਂ ਨੂੰ ਦੇ ਦਿੰਦਾ। ਤੇ ਫਿਰ ਕਹਿੰਦੇ ਨੇ ਭਗਤੀ ਦੁਆਰਾ ਹੀ ਸਾਰੇ ਕਾਰਜ ਉਹਦੇ ਰਾਸ ਹੋ ਜਾਂਦੇ ਨੇ। ਹੁਣ ਵੇਖੋ ਬਾਣੀ ਵਿੱਚ ਭਗਤ ਜੀ ਕਹਿੰਦੇ ਨੇ ਉਹ ਪ੍ਰਭੂ ਕਿਹਨਾਂ ਦੇ ਕਾਰਜ ਸਵਾਰਦਾ, ਨਾਮ ਜਪਣ ਵਾਲਿਆਂ ਦੇ ਕਾਰਜ ਸਵਾਰਦਾ, ਦੂਜਿਆਂ ਦੇ ਨਹੀਂ। ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਕਹਿੰਦੇ ਕਾਜ ਤੇ ਮੈਂ ਦੂਜਿਆਂ ਦੇ ਵੀ ਸਵਾਰੂੰਗਾ, ਐਸਾ ਨਹੀਂ ਹੈ, ਪਰ ਜਿਹੜੇ ਨਾਮ ਜਪਣਗੇ ਉਹਨਾਂ ਦੇ ਵਿਸ਼ੇਸ਼ ਕਰਕੇ, ਦੂਜਿਆਂ ਨੂੰ ਤੇ ਉਹਨਾਂ ਦੀ ਪਰਾਲਬਧੀ ਮਿਲੇਗੀ ਜੋ ਉਹਨਾਂ ਦੇ ਕਰਮਾਂ ਚ ਲਿਖਿਆ, ਪਰ ਜਿਹੜੇ ਨਾਮ ਜਪਣਗੇ ਸਤਸੰਗਤ ਕਰਨਗੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮੈਂ ਕਿਰਪਾ ਕਰ ਦੇਵਾਂਗਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ,
हे प्रभु उन्हां दे कार्ज सवारदा जिन जिन नाम ध्याया तिन के काज सरे भगत धन्ना जी ने नाम जपया प्रभु प्रगट हो गया। कहन लगे धन्या दस तेरे की काम है। कहन लगा वेखो प्रभु फसलां सुक रहियां ने खूआ चलाउण वाला पिया है, फसलां वाहुण वालियां पईयां हल भी वाहुण वाला पिया है क्योंकि बंदगी विच जुड़िया सी ते सारा कुछ धन्ने ने छड दिता सी। इस प्रकार कहन लगा देखो माल डंगर नूं पट्ठा दत्था भी पाउण वाला पिया है, ये सारे काम करन वाले पए ने। कहिंदे ने प्रभु आप भगतां दे सारे कार्ज करदा, खूआ भी चलाई जांदा हल भी वाही जांदा, कहिंदे ने सारे काम भगत दे करी जांदा। तां ही ते आखिया ना जो जन तुमरी भगत करंते तिनके काज सवारता। जिहड़ा नाम दा आसरा लैंदा गुरु उहनां दे सारे कार्ज सवार दिंदा। अरदास करिए पातशाह असीं भी नाम दा आसरा लईए, बाणी पढ़िए सिमरन करिए अमृत वेले जागीए और नाम जपिए सेवा ते सिमरन करके अपने जीवन दीयां घड़ियां नूं सफला करिए। इह साडे ते गुरु दी रहमत हो जावे, मेहर हो जावे। ओ दिन सफले ने, ओ घड़ियां सफलियां ने, ओ समा सफला है। साई घड़ी सुलखणी सहो नाल बिहावै। प्यारे दे नाल जिहड़ियां घड़ियां बतीत कीतियां जांदियां भागां वालियां दास कोलों विचार करदियां कई तरह दियां भुल गलतियां हो गईयां। सारियां सिख संगतां दा धन्नवाद, बड़े प्यार नाल तुसीं सरवण कीता, भुल्लां चुक्कां दी माफी देना जी। फतेह बुलाओ, आखो वाहिगुरु जी का खालसा वाहिगुरु जी की फतेह जी।